श्रुति खास -खास खजूरिया बनिहाल बारामूला रेल सेवा ग्यारह महीने तक बंद रौने परैंत अजे सवा पर शुरू हो रही है, है। लेफ्टिनेंट गवर्नर मनोज सिन्हा हो जमू कश्मीर च नमी शिक्षा नीति भी सौ भी तौले शा तौले अपनाने गं पुटने ले, लेफ्टिनेंट गवर्नर हो जम्मू कश्मीर की सैलसफा अंतर्राष्ट्रीय सर्किट प पेश करने टीकाउ थें बढ़ावा देने अन्सौधी सैलसफा समर्थ को विकसित करने ਠੋਸ ਗੇ ਪੁੱਟਨੇ ਦੀਆਂ ਹਿਦਾਇਤਾਂ ਦਿੱਤੀਆਂ ਮਾਲੀ ਕਾਰਵਾਈਆਂ ਸਰਬੰਧੀ ਕਾਰਿਆਬਲ FATF ਇੱਕ ਬੈਠਕ ਲਈਏ ਪਾਕਿਸਤਾਨ ਪਰ ਫੈਸਲਾ ਲੈ ਜਿਹਦੀ ਸਮੱਸਿਆਵਾਂ ਦਾ ਅੱਜ ਅੰਤ ਹੁੰਦਾ ਨਹੀਂ ਲੱਭਦਾ ਤੇ 14 ਬਰੇ ਸ਼ਮਾ ਇਟਲੀ ਉਮਰੀ ਦੀਆਂ ਕੁੜੀਆਂ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਸਤਾ ਦੀ ਵਾਲੀਬਾਲ ਪ੍ਰਤੀਯੋਗਤਾ ਡੋਟਾ ਚ ਸੰਪੰਨ ਰਾਜੋਰੀ ਜ਼ਿਲ੍ਹੇ ਨੇ ਫਾਈਨਲ ਮੁਕਾਬਲੇ ਚ ਕਟੂ ਵਗੈਰਾ ਇਹ ਖਿਤਾਬ ਆਪਣੇ ਨਾਂ ਕੀਤਾ ਖਬਰਾਂ ਦੀ ਤਫਸੀਲ ਕਰਨੇ ਵਿਜੇ ਬਜਾਜ ਬਨਿਆਲ ਤੇ ਬਾਰਾਮੁਲਾ ਬੁਸ਼ਕਾਰ ਚਲਣ ਵਾਲੀ ਰੇਲ ਸੇਵਾ ਕੋਈ 11 ਮਹੀਨੇ ਤੱਕ ਰੁਬੰਦ ਰਹਉਣੇ ਪ੍ਰਿੰਤ ਤਜਤਮਾ ਪਰਤੀਏ ਸ਼ੁਰੂ ਹੋਰਦੀ ਹੈ ਉੱਤਰ ਰੇਲਵੇ ਸ਼ਟਰ ਨਗਰ ਦੇ ਚੀਫ ਏਰੀਆ ਮੈਨੇਜਰ ਸਾਕਿਬ ਯੂਸੁਫ ਹੋਰੇ ਆਕਾਸ਼ਵਾਣੀ ਖਬਰਾਂ ਕੀ ਜਾਣਕਾਰੀ ਦਿੱਤੀ ਹੈ ਜੇ ਸ਼ੁਰੂਆਤੀ ਤੌਰ ਉਪਰ ਅੱਜ ਛੜੀ ਦੋਂਗੇ ਰੇਲ ਗੱਡੀਆਂ ਚਲਾਈਆਂ ਜਾਣਗਣ ਉਹਨੇ ਦੱਸਿਆ ਜੇ ਪਹਿਲੀ ਰੇਲ ਬੜਲਾ 9:10 ਮਿੰਟਾਂ ਪਰ ਬਾਰਾਮੁਲਾ ਤਮਾ ਬਨਿਆਲ ਲਈ ਜਿਸ ਲੇ ਕੇ ਦੂਈ ਟ੍ਰੇਨ ਦਿਨੇ 11:05 ਮਿੰਟਾਂ ਪਰ ਬਨਿਆਲ ਤਮਾ ਬਾਰਾਮੁਲਾ ਲਈ ਰਵਾਨਾ ਹੋਗ ਉਨੇ ਲੋਕਾਂ ਕੀ ਅਪੀਲ ਕੀਤੀ ਹੈ ਜਿਓ ਗੈਰ ਜ਼ਰੂਰੀ ਯਾਤਰਾ ਕੀ ਫਿਲਹਾਲ ਟਾਲੀ ਦੇਣ ਤੇ ਟ੍ਰੇਨ ਚ ਸਫ਼ਰ ਕਰਦੇ ਬਿਲੇ ਲੋਡ ਚ ਦਾ ਸਮਾਜੀ ਛਿੰਡਾ ਬਣਾਈ ਰੱਖਣ ਸਾਕੀਬੁਰ ਨੇ ਅੱਗੇ ਇਹ ਜਾਣਕਾਰੀ ਵੀ ਦਿੱਤੀ ਹੈ ਜੇ ਕੋਵਿਡ-19 ਸਰਬੰਦੀ ਹਾਲਾਤ ਸਾਮਾਨੇ ਹੁੰਦੇ ਗਏ ਔਰ ਮਤੀ ਟ੍ਰੇਨਿੰਗ ਚਲਾਇਆ ਜਾਗ ਧਿਆਨ ਜੋਗ ਹੈ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਕੋਵਿਡ-19 ਮਹਾਮਾਰੀ ਦੇ ਫੈਲਨੇ ਮਗਰਾਂ ਪਿਛਲੇ ਬਰੇ 19 ਮਾਰਚ ਕੀ ਇਹ ਰੇਲ ਸੇਵਾ ਬੰਦ ਕਰ ਦਿੱਤੀ ਗਈ ਸੀ ਲੈਫਟੀਨੈਂਟ ਗਵਰਨਰ ਮਨੋਜ ਸਿਨਾ ਹੋਰੇ ਕੱਲ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਦੀ ਕਾਰਿਕਾਰੀ ਕਾਉਂਸਲ ਦੀ 32ਵੀਂ ਬੈਠਕ ਦੀ ਪ੍ਰਧਾਨਤਾ ਕੀਤੀ ਲੈਫਟੀਨੈਂਟ ਗਵਰਨਰ ਹੁੰਦੀ ਅਗਵਾਈ ਵਾਲੀ ਕਾਰਿਕਾਰੀ ਕਾਉਂਸਲ ਨੇ ਇਸ ਮੌਕੇ ਪਰ ਯੂਨੀਵਰਸਿਟੀ ਦੇ ਪੂਰੇ ਪ੍ਰਾਤੇ ਕੰਮਕਾਜ ਵਿੱਚ ਮਿਆਰੀ ਸੁਧਾਰ ਆਨਣੇ ਦੇ ਮਕਸਦ ਕਰਨੇ ਕਈ ਮਹੱਤਵਪੂਰਨ ਫੈਸਲੇ ਲੈਤੇ ਲੇਫਟਨੈਂਟ ਗਵਰਨਰ ਜਿਹੜੇ ਸ਼੍ਰੀਮਤਾ ਵੈਸ਼ਨੋਦੇਵੀ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ ਔਰ ਇਹ ਨਵੀਂ ਸਿੱਖਿਆ ਨੀਤੀ 2020 ਕੀ ਤੌਲੀਸ਼ਾ ਤੌਲੀ ਅਪਣਾਉਣੇ ਲਈ ਲੋੜਛੀ ਦੀ ਗਈ ਪੁੱਟਨੇ ਦੀ ਜ਼ਰੂਰਤ ਪਰ ਜ਼ੋਰ ਪਾਇਆ। ਉਹਨੇ ਯੂਨੀਵਰਸਿਟੀ ਪ੍ਰਸ਼ਾਸਨ ਗਿੰਨਰਤੇਸ਼ ਦਿੱਤਾ ਜੇ ਆਉਣ ਵਾਲੇ ਸੈਕਸ਼ਨਿਕ ਸਤ੍ਰਥਮਾ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਬੱਕ-ਬੱਕ ਪ੍ਰਵਧਾਨੇ ਕੀ ਅਮਲ ਚ ਆਉਣ ਨੇ ਦਾ ਕੰਮ ਅੱਥਾ ਚ ਲਗਾਤਾ ਜਾ। ਯੂਨੀਵਰਸਿਟੀ ਪਾਸਿਆ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਤਰ ਦੇ ਬਖ-ਬਖ ਮੰਚਾਂ ਪਰ ਹਾਸਲ ਰੈਂਕਿੰਗ ਦੀ ਸਰਾਹਨਾ ਕਰਦੀ ਹੋਈ ਲੈਫਟੀਨੈਂਟ ਗਵਰਨਰ ਹੋਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਸਲਾਹ ਦਿੱਤੀ ਜੀ ਉਹ ਬਖ-ਬਖ ਉਦਯੋਗਿਕ ਕਰਾਨੇ ਕਨੇ ਗੱਲਬਾਤ ਵਾਲੇ ਕਾਰਜਕ੍ਰਮ ਵਿੱਚ ਵਾਧਾ ਕਰਨ ਦੇ ਕੰਨੋ ਕੰਨੀ ਸਮਰਥ ਚ ਹੋਰ ਮਤੇ ਵਾਧੇ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਵਿਚਾਰਾਂ ਤੇ ਜਾਣਕਾਰੀਆਂ ਤੇ ਆਦਾਨ-ਪ੍ਰਦਾਨ ਵਾਲੇ ਕਾਰਜਕ੍ਰਮ ਵੀ ਆਯੋਜਿਤ ਕਰਵਾਣ ਲੈਫਟਨੈਂਟ ਗਵਰਨਰ ਮਨੋਜ ਸਿਨਾ ਹੋਰੇ ਪਹਿਲਗਾਮ ਚ ਆਯੋਜਿਤ ਵਿੰਟਰ ਕਾਰਨੀਵਲ ਦੇ ਸਮਾਪਨ ਸਮਾਰੋਹ ਚ ਵਰਚੁਅਲ ਮਾਧਿਅਮ ਰਾਹੀਂ ਸ਼ਿਰਕਤ ਕੀਤੀ ਆਪਣੇ ਸੰਬੋਧਨ ਚ ਲੈਫਟਨੈਂਟ ਗਵਰਨਰ ਹੋਰੇ ਆਖਿਆ ਜੇ ਸੈਲ ਸਫਾ ਸੈਕਟਰ ਪਰਤੀ ਹੈ ਪਟਰੀ ਪਰਾਵਰਤ ਹੈ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚ ਸਲਾਨੀਆ ਦੀ ਆਮਦ ਚ ਵੀ ਵਾਧਾ ਹੋ ਰਿਹਾ ਹੈ ਤੇ ਸਲਾਨੀਆ ਦੀ ਆਮਦ ਪਿਛਲੇ 3 ਮਹੀਨੇ ਦੌਰਾਨ ਬੜੀ ਮਤੀ ਵਧੀ ਹੈ ਉਨੇ ਗਲਾਇਆ ਕਿ ਮਕਾਮੀ ਸਮੁਦਾਇ ਤੇ ਸਰਬੰਧਤ ਤੜੇਂਗੇ ਕਿੱਥੇ ਰਲੀਏ ਅੱਗੇ ਆਉਣਾ ਲੋੜਚਦਾ ਹੈ ਤਾਂ ਜੇ ਜੰਮੂ ਕਸ਼ਮੀਰ ਦਾ ਵਿਕਾਸ ਯਕੀਨੀ ਬਣ ਸਕੇ ਉਨੇ ਦੁਨੀਆ ਪਰਿਆਦੇ ਸੈਲਾਨੀਆਂ ਕੀ ਜੰਮੂ ਕਸ਼ਮੀਰ ਦੇ ਸੁਰਖਸ਼ਿਤ ਯਾਦਗਾਰ ਤੇ ਸੁਖਦ ਦੌਰੇ ਦਾ ਪ੍ਰੋਸਾ ਦੋਆਇਆ ਉਨੇ ਸੈਲਾਨੀਆਂ ਕੀ ਆਖਿਆ ਜਿਉ ਇੱਥੇ ਆਉਣ ਤੇ ਖੂਬਸੂਰਤ ਨਜ਼ਾਰੇ ਸਮ੍ਰਿੱਧ ਸੰਸਕ੍ਰਿਤੀ ਤੇ ਸੱਗੂਸਾਰ ਵਿਰਾਸਤ ਕੀ ਦਿਖਣ ਸੈਲਸਫਾ ਸੈਕਟਰ ਕੀ ਵਿੜਾਵਾ ਦੇਣੇ ਤੇ ਉਹਦੀ ਸਮਰਥਤਮਾ ਪੂਰਾ ਪੂਰਾ ਫਾਇਦਾ ਠੁਆਣੇ ਲਈ ਨਮਈਏ ਕਾਢੇ ਤੇ ਉਹਨੇ ਸਰਬੰਧਤ ਤਰੀਕਾਕਾਰੇਂ ਕੀ ਅਪਣਾਣੇ ਪਰ ਜ਼ੋਰ ਪਾੰਦੀ ਹੋਈ ਲੈਫਟਨੈਂਟ ਗਵਰਨਰੋ ਨੇ ਸੈਲਸਫਾ ਮਹਿਕਮੇ ਕੀ ਇਦਾਇਤਾਂ ਦਿੱਤੀਆਂ ਜਿਓ ਸੈਲਾਨੀ ਥਾਰੇਂ ਕੀ ਵਿੜਾਵਾ ਦੇਣੇ ਤੇ ਅਜਿੰਦਗਰ ਮਸ਼ਹੂਰ ਨਹੀਂ ਹੋਈਤੀਏ ਉਹਨੇ ਦੁਈਏ ਸੈਲਾਨੀ ਥਾਰੇਂ ਕੀ ਵਿਕਸਤ ਕਰਨੇ ਲਈ ਠੋਸ ਚਤਨਕਰਨ ਤੇ ਅੰਤਰਰਾਸ਼ਟਰੀ ਸੈਲਸਫਾ ਸਰਕਟ ਚ ਜਮੂ ਕਸ਼ਮੀਰ ਕੀ ਇੱਕ ਬ੍ਰਾਂਡ ਵਾਲਾ ਲੇਖਾ ਵਿੜਾਵਾ ਵੀ ਦੇਣ ਪ੍ਰਧਾਨ ਮੰਤਰੀਆਂ ਦੇ ਦਫ਼ਤਰਾਂ ਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਉਰੇਕਿਸ਼ਤਵੜ ਜ਼ਿਲ੍ਹੇ ਦੇ ਖਾਤੂ ਇਲਾਕੇ ਚ ਪੇਸ਼ਾਇ ਦੇ ਛੜਕਾ ਸਿਚ ਤ੍ਰੈ ਕੀਮਤੀ ਮਨੁੱਖੀ ਜਾਨੇ ਦੇ ਨੁਕਸਾਨ ਉਪਰ ਡੂੰਗਾ ਦੁੱਖ ਤੇ ਬਿਸੋਸਜ਼ਾਰ ਕੀਤਾ ਆਕਾਸ਼ਵਾਣੀ ਤੇ ਜੰਮੂ ਸੰਵਾਦ ਦਾ ਤਦ ਰਿਪੋਰਟ ਮੁਜਬ ਡਾਕਟਰ ਸਿੰਘੋ ਨੇ ਕਿਸ਼ਤਵੜ ਦੇ ਡਿਪਟੀ ਕਮਿਸ਼ਨਰ ਅਸ਼ੋਕ ਸ਼ਰਮਾ ਨੂੰ ਦੇਕਰ ਨੇ ਫੋਨ ਪਰ ਗੱਲਬਾਤ ਕੀਤੀ ਤੇ ਇਸ ਹਾਦਸੇ ਬਾਰੇ ਪੁੱਛਿਆ ਪੁੱਛਾਇਆ ਉਹਨੇ ਡਿਪਟੀ ਕਮਿਸ਼ਨਰ ਨੂੰ ਰੋਣਗੀ ਹਦਾਇਤ ਜਾਰੀ ਕੀਤੀ ਜੇ ਪੀੜਿਤ ਪਰਿਵਾਰ ਕੀ ਫੌਰੀ ਤੌਰ ਪਰ ਸੰਭਵ ਸਹਾਇਤਾ ਉਪਲਬਧ ਕਰਵਾਈ ਜਾ कोविड-19 मानक संचालन सरबंदी प्रक्रियाएं ते जम्मू दे विंटर जोन च स्कुलें गी परतीख खोलने वास्ते स्कूली शिक्षा निदेशालय जम्मू पासिया एक वेबिनार दा आयोजन कीता गया। ए वेबिनार यूनिसेफ दे सहयोग कने लो आया गया। इस वेबिनार ते चर्चा करने ले मंच दा मकसद मानक संचालन सरबंदी प्रक्रियाएं ते दिशा निर्देशें जिंदी स्कुलें गी पालमा करनी है उन दे बारे अवगत क्रवाना हा तां जि विद्यार्थीएं अमले ते ओर दुगे सरबंदत तड़ें दी सुरक्षा की यकीनी बनाया जा सके। ਜੰਮੂ ਦੀਆਂ ਸਕੂਲੀ ਸਿੱਖਿਆ ਵਿਭਾਗ ਦੀ ਡਾਇਰੈਕਟਰ ਅਨੁਰਾਧਾ ਗੁਪਤਾ ਹੋਰੇ ਅਧਿਆਪਕਾਂ ਤੇ ਮੁਤਲਕਾ ਅਫਸਰਾਂ ਕੀ ਆਖਿਆ ਜਿਉ ਇੱਕ ਐਸਾ ਸ੍ਰੇਸ਼ਤਾ ਅਪਣਾਨ ਜਿਹਦੇ ਰਾਹੀਂ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਕੀ ਪੂਰਾ ਕੀਤਾ ਜਾ ਸਕੇ ਤੇ ਕੰਨੋ ਕੰਨੀ ਇਸ ਗੱਲਾ ਕੀ ਵੀ ਯਕੀਨੀ ਬਨਾਇਆ ਜਾ ਜੇ ਵਿਦਿਆਰਥੀ ਮੌਜੂਦਾ ਮੌਕੇ ਥਮ ਮਤੇਸ਼ਾ ਮਤਾ ਲਾ ਹਾਸਲ ਕਰਨ ਕੇਂਦਰ ਸ਼ਾਸਿਤ ਪ੍ਰਦੇਸ਼ Jammu Kashmir ਚ ਕੱਲ ਨਵਲ ਕਰੋਨਾ ਵਾਇਰਸ ਦੇ 84 ਨਵੇਂ ਮਾਮਲੇ ਸਾਹਮਣੇ ਆਏ ਨੇ ਜਿੰਦੇ ਚਾ 16 Jammu Division ਥਾਮਾ ਤੇ 68 Kashmir 카ٹی ਥਮਾਨ ਇਹਨੇ ਨਵੇਂ ਮਾਮਲਿਆਂ ਦੀ ਰਲਾਈਏ ਉਸ ਪ੍ਰਦੇਸ਼ ਚ ਕਰੋਨਾ ਵਾਇਰਸ ਦੇ ਅਜੇ ਤੱਕਰ ਸਾਹਮਣੇ ਆਏ ਦੇ ਕੁੱਲ ਮਾਮਲਿਆਂ ਦੀ ਗਿਣਤਰੀ ਵਧੀ ਹੈ 1,25,867 ਹੋ ਗਈ ਹੈ ਇੰਦੇ ਚਾ 721 ਐਕਟਿਵ ਪੋਜ਼ਿਟਿਵ ਮਾਮਲੇ ਨੇ 1,31,192 ਮਰੀਜ਼ ਬੱਲੋਏ ਕੇ ਦਿਨ ਜਿਸ ਲਿਕੇ ਅਜੇ ਤੱਕਰ 1,954 ਜਨ ਦੀ ਇਸ ਮਹਾਮਾਰੀ ਕਾਰਨ ਮੌਤ ਬਈ ਹੋਈ ਹੈ ਕਿ ਮਰੋਨੀ ਵਾਲਿਆਂ ਚ 752 ਜਨੇ ਜੰਮੂ ਡਿਵੀਜ਼ਨ ਦੇ ਜਿਸ ਲਈ ਕੇ 1223 ਜਨੇ ਕਸ਼ਮੀਰ ਖਿੱਤੇ ਦੇ ਰੋਣ ਵਾਲੇ ਹੈ। ਇਹ ਖਬਰਾਂ ਤੋਂ ਆਕਾਸ਼ਵਾਣੀ ਜੰਮੂ ਤੋਂ ਸੁਣਾ ਰਤੀਓ। ਉਹਨਾਂ ਪਾਕੀਤੀਆਂ ਖਬਰਾਂ ਕਰਨੇ श्रुति खजूरिया। ਮਾਲੀ ਕਾਰਵਾਈਆਂ ਸਰਬੰਧੀ ਕਾਰਬਲ ਦੀ ਤਰੇਰੋਜ਼ਾ ਬੈਠਕ ਲਗਰਦੀ ਹੈ ਪਰ ਪਾਕਿਸਤਾਨ ਦੀਆਂ ਸਮੱਸਿਆ ਦਾ ਅੰਤੋਂ ਦਾ ਨਹੀਂ ਲੱਬਰਦਾ। ਸ਼ੁਭਿਆਲੀ ਸੂਚੀ ਜੋ ਪਾਕਿਸਤਾਨ ਦਾ ਜਾਣਾ ਨਹੀਂ ਜਾਣਾ ਜਨਤਾ ਕਰਤਾ ਨਹੀਂ ਹੋਇਆ ਪਰ ਪਾਕਿਸਤਾਨ ਉਪਰ ਇਸ ਸੂਚੀ ਚ ਪਾਇ ਜਾਣ ਦਾ ਖਤਰਾ ਮੰਡਰਾ ਰਦਾ। ਪਾਕਿਸਤਾਨੀ ਸ਼ੂਬੇ ਵਾਲੀ ਸੂਚੀ ਥਮਾ ਬਾਹਰ ਰੌਣੇ ਲਈ ਮੈਂਬਰ ਮੁਲਕ ਨੂੰ ਥਮਾ ਸਮਰਥਨ ਛੁਟਾਣ ਦੀ ਕੋਸ਼ਿਸ਼ ਕਰ ਰਹੇ ਦੇ ਮਤੀਸਰੀ ਰਿਪੋਰਟੇ ਮੁਤਾਬਕ ਕਿਸ਼ ਯੂਰੋਪੀਅਨ ਮੁਲਕ ਪਾਕਿਸਤਾਨ ਖਿਲਾਫ ਰੁਖ ਅਪਣਾਈ ਸਕਦਨ ਹੁੰਦਾ ਆਖਣੇ ਚ ਪਾਕਿਸਤਾਨ ਨੇ ਉਹਨੇ ਨੁਕਤੇੰ ਦਾ ਪੂਰੀ ਚਾਲੀ ਪਾਲ ਮੰਨ ਨਹੀਂ ਕੀਤੀ ਜਿਹੜੇ ਉਸੇ ਦੱਸੇ ਜਾਂਦੇ ਹੈ ਰਾਈ ਬਾਈ ਵਿਗਿਆਨ ਤੇ ਟੈਕਨੋਲੋਜੀ ਸਰਬੰਧੀ ਯੂਨੀਵਰਸਿਟੀ ਸਕੌਸ ਚੰਮੂ ਪਸਿਆ ਕਾਲੀ ਆਨੀ ਤ੍ਰੇ ਫਰਬ੍ਰੀ ਭਾ ਮਾ ਯੂਨੀਵਰਸਿਟੀ ਦੇ ਬਾਬਾ ਜੀ ਤੋਂ ਆਡੀਟੋਰੀਅਮ 'ਚ ਦੋ ਦਿਨਾਂ ਦੇ ਕੇ ਕਰਸਾਨ ਸੰਮੇਲਨ ਦਾ ਆਯੋਜਿਤ ਕੀਤਾ ਜਾ ਜਿਹਦਾ ਵਿਸ਼ਾ ਹੈ ਕਰਸਾਨੀ ਦੀ ਆਮਦਨ ਵਧਾਉਣ ਦੇ ਲਈ ਕਰਸਾਨੀ ਦੀ ਅਗਵਾਈ 'ਚ ਨਮੀਆਂ ਕਾਡਾ ਸਕੌਸ ਜੰਮੂ ਦੇ ਵਾਈਸ ਚਾਂਸਲਰ ਤੇ ਇਸ ਸਮੇਲਨ ਦੇ ਮੁਖ ਸਰਪ੍ਰਸਤ ਪ੍ਰੋਫੈਸਰ ਜੇਪੀ ਸ਼ਰਮਾ ਹੋਰੇ ਮੇਜ਼ ਜਾਇਰ ਕੀਤੀ ਹੈ ਜੇ ਸੰਮੇਲਨ ਰਾਈਬਾਈ ਦੇ ਖੇਤਰ 'ਚ ਆਵਰਦੀਆਂ ਨਮੀਆਂ ਚੁਣੌਤੀਆਂ 'ਚ ਹੱਲ ਕਰਨੇ 'ਚ ਮਦਦਗਾਰ ਸਾਬਤ ਹੋ ਕੀ ਜੇ ਨਹੀਂ ਚੁਣੌਤੀਆਂ 'ਚ ਹੱਲ ਕਰਨੀ ਹੈ ਚਿਕਾਉ ਵਿਕਾਸ ਦਾਲਖਯ ਅਸਲ ਕਿਤਨਾ ਜਾਈ ਸਕਦਾ ਹੈ ਤਿਕਨਨੇਕਰਸਾਨ ਨੇ ਦੀਆ ਉੰਦੰਦੂਨੀ ਕਰਨ ਦੇ ਪ੍ਰਧਾਨ ਮੰਤਰੀ ਨੇ ਵਿਚਾਰਗੀ ਮੂਰਤ ਰੂਪੀ ਦਿੱਤਾ ਜਾ ਸਕਦਾ ਹੈ ਇਸ ਸੰਮੇਲਨ ਕਸਾਨੇਗੀ ਇੱਕ ਐਸਾ ਮੰਚ ਵੀ ਉਪਲਬਧ ਕਰਵਾਗ ਜਿਹਦੇ ਰਾਹੀਂ ਉਹ ਆਪਣੀ ਕਾਮਯਾਬੀ ਦੀਆਂ ਕਾਨੀਆਂ ਤੇ ਨਮੀਆਂ ਕਾਡेंगी ਔਰ ਨੇਦਕੰਨੇ ਸਾਂਝਾ ਕਰ ਸਕਣਗੇ ਰਾਈ ਬਾਈ ਉਤਪਾਦ ਤੇ ਕਰਸਾਨੇ ਦੇ ਕਲਿਆਣ ਸਰਬੰਦੀ ਮਹਿਕਮੇ ਦੇ ਜੰਮੂ ਨਿਦੇਸ਼ਕ ਹੋਰੇ ਕੱਲ ਜੰਮੂ ਜ਼ਿਲ੍ਹੇ ਦੇ 26 ਕਰਸਾਨੇ ਦੇ ਇੱਕ ਦਲ ਗੀ ਪੰਜ ਰੋਜ਼ਾ ਸਿਖਲਾਈ ਤੇ ਸੋਚਣੇ ਦੀ ਸਮਤ ਚਬਾਦਾ ਕਰਨ ਲਈ ਇੱਕ ਦੌਰੇ ਆਸਤੇ ਝੰਡੀ ਦਾ ਸਿਰਵਾਨਾ ਕੀਤਾ ਇਹ ਕਰਸਾਨ CSK ਐਗਰੀਕਲਚਰ ਯੂਨੀਵਰਸਿਟੀ ਪਾਲਮਪੁਰ ਹਿਮਾਚਲ ਪ੍ਰਦੇਸ਼ ਦਾ ਦੌਰਾ ਲੰਘਣ ਰਾਈ ਬਾਈ ਨਿਦੇਸ਼ਕ ਹੋਰੇ ਆਖਿਆ ਜੇ ਇਹ ਨਏ ਕਾਰਜਕ੍ਰਮ ਦਾ ਮਕਸਦ ਕਰਸਾਨੇ ਦੀ ਗਵੰਡੀ ਰਾਜ ਵਿੱਚ ਮੌਜੂਦਾ राई बाई सबंधी तकनीकें बारे जानकार बनाना है एदानेस कर भलिया अजैक दिए तकनीक अपना सौखा हो जासान शोध इदारों दा भी दौरा कराजे जैविक खेती खुम्बे दी पैदावार एकीकृत खेती मता झाड़ देने बागवानी केंद्र बाड़ी मगरा आली तकनालोजी बारे भी सीखी समझी सकगन रजौरी जिले के आईटीआई मैदान च राष्ट्रीय अनुसूचित जाति अनुसूचित जनजाति हब स्कीम तहत आयोजित सत रोजा प्रदर्शनी कल संपन्न हो गई आकाशवाणी जम्मू संवाददाता की रिपोर्ट मुताबिक इस समापन समारोह च खादी ग्राम उद्योग बोर्ड दियाप उपाध्यक्ष राजौरी के जिला विकास आयुक्त के वी आई भी दे और दुए अफसर शामिल हे इस मौके पर बोलते खादी ग्राम उद्योग बोर्ड दिया्यक्ष आं जे इ ने प्रदर्शनियों कन्न अन्सूचित जाति जनजाति समुदाय उबड़ा चुकने ते उंदे विकास लिए सकारात्मक रो आग उन्होंने आख्या जे एदे लेई सरकार ने किस तरीकाकार भी अपनाएं ते प्रदर्शनी ते होय जागरूकता शिविरेंदोजन किया जाता है एनएसएसएच तहत ईए भी प्रदर्शनी दा आयोजन किया जाग हफ्ते भर चली दी इस प्रदर्शनी च बक बक उद्यमियों दे स्टॉल लाए गए हे उ मौजूद अफसरों परिसर दा दौरा लाया ते उत्पादें गी है चौदह बरवा हेठली उम्री दिये कुड़ियों डोडा जिले आयोजित केन्द्र शासित प्रदेश सतह की वॉलीबॉल वौल प्रतियोगिता संपन्न हो गई खीरी मैच राजौरी जिले ने जितया ए आयोजन युवा सेवाएं खेड सबंधी मैकमे के डायक्टर जनरल हुरी सपस्ती करवाया गया मैच की दिखने मुकामी स्कूल दे बच्चे खरी मिनरी चेहे मौजूद हे समापन समारोह दौरान कूड़ियों आसिया सांस्कृतिक कार्यक्रम पेशा गय जमू श्रीनगर राष्ट्रीय जरनैली सिड़क पर अ गए की जम्मू घाटी यानी छड़ी इक बैठी जाने दी की इजाजत दी ग ट्रैफिक पुलिस के सूत्रे सुत्रे मताबक आज ओली मोटर गड्डी की तरफा नियंत्रित ट्रैफिक आली व्यवस्था हेठ जम्मू घाटी बखी रवाना होने की इजाजत है पर इन्हें गड्डियों की बड़ल पंज बजे ले बड़ल दस बजे तक है? नगरोटा ते फी बलैले छह बजे को ले गह बजे तगर जखैनी उधमपुर पार करना होगा तय किए गए समय ग समैत भी ओली मोटर गड्डी की घाटी बी जाने की इजाजत नहीं होगी तो तौं काजीकुंड जवाहर सुरंग बशक छड़ी बत्ता फंसी दी मोटर गड्डियों की गड्डि जम्मू बी जाने दी ਤੇ ਹੁਣ ਅਖੀਰ ਚ ਖਾਸ ਖਾਸ ਖਬਰਾਂ ਇੱਕ ਬਰੈਂਕ ਬਰੀ ਪਰਤੀ ਹੈ ਬਨਿਆਲ ਬਾਰਾਮੁਲਾ ਰੇਲ ਸੇਵਾ 11 ਮਹੀਨੇ ਤੱਕ ਬੰਦ ਰਹੇ ਬੰਦਰਾਉ ਨੇ ਪ੍ਰੰਤ ਤਜਤਮਾ ਪਰਤੀ ਸ਼ੁਰੂਆਤ ਕੀਤੀ ਹੈ ਲੈਫਟਨੈਂਟ ਗਵਰਨਰ ਮਨੋਜ ਸਿਨਾਉਰੀ ਜੰਮੂ ਕਸ਼ਮੀਰ ਚ ਨਵੀਂ ਸਿੱਖਿਆ ਨੀਤੀ 2020 ਗੀ ਤੌਲੇਸ਼ਾ ਤੌਲੇ ਅਪਣਾਣੇ ਲਈ ਲੋੜਛਦੀ ਗਈ ਪੁੱਟਨੇ ਕਿਹਾ ਹੈ ਲੈਫਟਨੈਂਟ ਗਵਰਨਰ ਹੋਣੀ ਜੰਮੂ ਕਸ਼ਮੀਰ ਕੀ ਸੈਲਸਫਾਲੇ ਅੰਤਰਰਾਸ਼ਟਰੀ ਸਰਕਟ ਚ ਪੇਸ਼ ਕਰਨੇ ਲਈ ਟਿਕਾਊ ਥਾਰੇਗੀ ਵਿੜਾਵਾਦੀ ਨੀਤੀ ਅਨਸੋਦੀ ਸੈਲਸਫਾ ਸਮਰਥ ਕੀ ਵਿਕਸਿਤ ਕਰਨੇ ਲਈ ਠੋਸ ਗਈ ਪੁੱਟਨੇ ਦੀਆਂ ਇਜਾਜ਼ਤਾਂ ਦਿੱਤੀਆਂ ਨ ਤੇ مالی ਕਾਰਵਾਈਆਂ ਸਰਬੰਦੀ ਕਾਰਬਲ FATF ਇੱਕ ਬੈਠਕ ਲਾਈਏ ਪਾਕਿਸਤਾਨ ਬਾਰੇ ਫੈਸਲਾ ਲੈਗ ਜਿਹਦੀਆਂ ਸਮੱਸਿਆਆਂ ਦਾ ਅਜੇ ਕੋਈ ਅੰਤ ਹੁੰਦਾ ਨਹੀਂ ਲੱਭਰਤਾ ਇਦੇ ਕਨੇਗਾ ਖਬਰਿੰਦਾ ਇਹ ਬਲਟਿਨ ਸਮਾਪਤ ਹੋਇਆ